Hi guys, welcome to my new vlog. और मैं हूँ रामा साहब साहब. अल्हम्दुलिल्लाह बिल्कुल खैरियत से हूँ. मैं कहता हूँ आप भी सभी ठीक होंगे. तो आज के व्लॉग का आगाज करता हूँ. ਪਿਆਰੇ ਵੀਰੋ ਅੱਜ ਦਾ ਟੂਰ ਹੈ ਜਨਾਬ ਗੱਖੜ ਸਿਟੀ ਅਤੇ ਇਸ ਟਾਈਮ ਮੈਂ ਆ ਗਿਆ ਹਾਂ ਪਿੰਡੀ ਬਾਈਪਾਸ ਫਲਾਈਓਵਰ. ਫਲਾਈਓਵਰ ਦੇ ਨੀਚੇ ਹੁਣ ਗੁਜ਼ਰਨਾ ਪਿਆ ਅਤੇ ਪਿੰਡੀ ਸਾਈਡ ਵੱਲ ਜਾ ਰਿਹਾ ਸਟਾਪ 'ਤੇ ਜਿੱਥੇ ਕੁਛ ਇੰਝ ਹੀ ਰਕਸ਼ੇ 'ਤੇ ਬਹਿ ਕੇ ਜਾਵਾਂਗਾ ਗੱਖੜ ਸਿਟੀ ਵੱਲ. ਇਸ ਟਾਈਮ ਆਇਆ ਹਾਂ ਆਪਣਾ ਲੋਹੇ ਵਾਲੇ ਮਾਰਕੀਟ ਲੋਹੇ ਵਾਲੇ ਲੋ ਸਰਦੀ ਹੈ ਗਲੀ ਹਾਜੀਪੁਰਾ ਬਾਜ਼ਾਰ ਵਾਲੀ ਹਾਜੀਪੁਰਾ ਬਾਜ਼ਾਰ ਵਿਜਣ ਵਾਲੇ ਗਲੀ ਇਸ ਟਾਈਮ ਆਇਆ ਵਾ ਦੇਖਣਾ ਬਾਜ਼ਾਰ ਦੇਖਣਾ ਉੱਥੋਂ ਦੀ ਮਾਰਕੀਟਿੰਗ ਹੋ ਰਹੀ ਹੈ. ਦੂਸਰੀ ਗੱਲ ਰਾਧਾ ਵਾਲੇ ਬਾਜ਼ਾਰ ਜਾ ਰਹੇ ਹਾਂ ਇਸ ਟਾਈਮ. ਇਲੈਕਟ੍ਰੋਨਿਕ ਆ ਗਿਆ ਦੇਖਾ ਰੱਬਾ ਦੇਖਾ ਯਾਰ ਜਿੱਥੋਂ ਦੇਖਾ ਮੈਂ ਚੱਲ ਚੱਲ ਗੁੰਬਦ ਵਾਲੇ ਮਨਾਰੇ ਮੇਰੇ ਗੁੰਬਦ ਤੇ ਲੱਗ ਗਿਆ ਜਨਾਬ. ਠਾਕਰ ਸਿੰਘ ਵਾਲਾ ਚੌਕ ਅਤੇ ਰਾਜਾ ਵਾਲਾ ਬਾਜ਼ਾਰ ਆ ਜਿੱਥੇ ਕਿ ਰੋਜ਼ ਮਾਰੇ ਸਮਾਨ ਆ ਇਲੈਕਟ੍ਰੋਨਿਕ ਮਸ਼ੀਨਰੀ ਵਾਲਾ ਸਮਾਨ ਮਿਲ ਜਾਂਦਾ ਹੈ ਬਹੁਤ. ਇੱਧਰ ਸੈਂਟਰੀ ਵਾਲਾ ਇੱਧਰ ਕੰਡੀਸ਼ਨ ਦੇ ਕਾਫੀ ਗੇਟ ਸਕੇਲ ਰਾਧਾ ਵਾਲਾ ਬਾਜ਼ਾਰ ਜਿੱਥੇ ਤੁਹਾਨੂੰ ਇਸ ਟਾਈਮ ਜਿਹੜਾ ਕਰਾ ਰਹੇ ਰਾਧਾ ਵਾਲੇ ਬਾਜ਼ਾਰ ਦੇ ਵਿੱਚ ਜਨਾਬ ਮਸ਼ੀਨਰੀ ਵਾਲੀਆਂ ਦੁਕਾਨਾਂ ਆ ਗਈਆਂ. ਗੋਂਦਲਾਂ ਵਾਲੇ ਅੱਡੇ ਦੇ ਵਿੱਚ ਸ਼ੁਰੂ ਹੁੰਦੇ ਆ ਬਾਹਰ ਰਾਧਾ ਵਾਲੀ ਉੱਥੋਂ ਦਾ ਏਰੀਆ ਆ ਗਿਆ. ਚਲੇ ਚਾਹ ਆ ਗਿਆ ਜਨਾਬ ਬੋਤਲਾਂ ਵਾਲਾ ਅੱਡਾ. ਆਹ
चलो चलो इधर नु जाना है जाना कि फिर ये वॉचेस की दुकान पे आया हूँ, वॉच देखनी है कुछ लेनी भी है तो देखते हैं कोई अच्छी सी वॉच। और मैं आई हूँ कुछ भी